ਸਭ ਤੋਂ ਪਹਿਲਾਂ ਤਾਂ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਤੇ ਮਾਂ ਦਿਹਾੜੇ ਦੀਆਂ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਜਿਹੜੀਆਂ ਨੇ ਲੱਖ ਲੱਖ ਮੁਬਾਰਕਾਂ ਨੇ ਤੇ ਵੈਸੇ ਤਾਂ ਸਾਰੀ ਹੀ ਦਿਨ ਮਾਂ ਨਾਲੇ ਹੁੰਦੇ ਨੇ ਜੇ ਮਾਂ ਨਾ ਹੋਵੇ ਤਾਂ ਕੋਈ ਦਿਨ ਹੀ ਨਹੀਂ ਹੁੰਦਾ ਤੇ ਅੱਜ ਇਸ ਦਿਹਾੜੇ ਤੇ ਆਪਾਂ ਵੀਰ ਪ੍ਰੀਤ ਰਿੰਦਾਵ ਵੱਲੋਂ ਲਿਖੀਆਂ ਕੁਝ ਅਣਮੋਲੀਆਂ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਮੇਰੇ ਸੁਣਨ ਦੇ ਵਿੱਚ ਹੀ ਆਇਆ ਮਾਂ ਕਿ ਮੇਰੇ ਸੁਣਨ ਦੇ ਵਿੱਚ ਹੀ ਆਇਆ ਮਾਂ ਨਾ ਕਿਸੇ ਦੇਖਿਆ ਨਾ ਕਿਸੇ ਦਿਖਾਇਆ ਮਾਂ ਮੇਰੇ ਸੁਣਨ ਦੇ ਵਿੱਚ ਹੀ ਆਇਆ ਮਾਂ ਨਾ ਕਿਸੇ ਦੇਖਿਆ ਨਾ ਕਿਸੇ ਦਿਖਾਇਆ ਮਾਂ ਮੈਂ ਝੱਟ ਪਹਿਚਾਨ ਲਵਾਂ ਮੈਂ ਝੱਟ ਪਹਿਚਾਨ ਲਵਾਂ ਜਦ ਕਿਧਰ ਹੈ ਮੇਰੇ ਸਾਹਮਣੇ ਆਣ ਖਲੋਵੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਪੀੜਾਂ ਸਹਿ ਕੇ ਪੀੜਾਂ ਸਹਿ ਕੇ ਮੈਨੂੰ ਜੰਮਣ ਦੀਆਂ ਮਾ ਰੋਗ ਲਵਾਲੇ ਲੱਖਾਂ ਤੂੰ ਪੀੜਾਂ ਸਹਿ ਕੇ ਮੈਨੂੰ ਜੰਮਣ ਦੀਆਂ ਮਾ ਰੋਗ ਲਵਾਲੇ ਲੱਖਾਂ ਤੂੰ ਜੇ ਬੁਖਾਰ ਵੀ ਮੈਨੂੰ ਚੜ ਜਾਂਦਾ ਪਰ ਆਉਣੀ ਐ ਅੱਖਾਂ ਤੋਂ ਪੀੜਾਂ ਸਹਿ ਕੇ ਮੈਨੂੰ ਜੰਮਣ ਦੀਆਂ ਮਾ ਰੋਗ ਲਵਾਲੇ ਲੱਖਾਂ ਤੂੰ ਜੇ ਬੁਖਾਰ ਵੀ ਮੈਨੂੰ ਚੜ ਜਾਂਦਾ ਪਰ ਆਉਣੀ ਐ ਅੱਖਾਂ ਤੋਂ ਮੇਰਾ ਰੂਮ ਰੂਮ ਕਰ ਜਾਈ ਤੇਰਾ ਤੇ ਥੋ ਕੀ ਦੱਸ ਲਕੋਮਾਂ ਦਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਦੁਨੀਆ ਸਾਜਣ ਦੇ ਲਈ ਰੱਬ ਨੂੰ ਦੁਨੀਆ ਸਾਜਣ ਦੇ ਲਈ ਰੱਬ ਨੂੰ ਤੇਰੇ ਆਸਰੇ ਦੀ ਮਾਂ ਲੋੜ ਪਈ ਜਿਸ ਘਰ ਵਗਦੀ ਤੂੰ ਗੰਗਾ ਐ ਉਥੇ ਰੱਬ ਦੀ ਕਿੱਥੋਂ ਥੋੜ ਰਹੀ ਲੋਕ ਮੰਦਰ ਮਸੀਤੀ ਲੱਭਦੇ ਜਾ ਤੇਰੇ ਵਿੱਚ ਹੈ ਜੇ ਕੋਈ ਟੋਵੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ मां तेरे ਵਰਗਾ ਹੋਵੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ मां तेरे ਵਰਗਾ ਹੋਵੇਗਾ ਮੇਰੀ ਜ਼ਿੰਦਗੀ ਤੇਰੀ ਇਮਾਨਤ ਹੈ ਭੁੱਲਿਆ ਨਾ ਕਦੇ ਭੁਲਾਵਾਂਗਾ ਮੇਰੀ ਜ਼ਿੰਦਗੀ ਤੇਰੀ ਇਮਾਨਤ ਹੈ ਭੁੱਲਿਆ ਨਾ ਕਦੇ ਭੁਲਾਵਾਂਗਾ ਪ੍ਰੀਤ ਕੱਲਾਂ ਦਾ मां ਮੇਰੀ ਪ੍ਰੀਤ ਕੱਲਾਂ ਦਾ मां ਮੇਰੀ ਤੈਨੂੰ ਗੀਤਾਂ ਦੇ ਵਿੱਚ ਗਾਵੇਗਾ ਜੇ ਮਿਲੇ ਮੌਕਾ ਜੇ ਮਿਲੇ ਮੌਕਾ ਤਾਂ मां ਮੇਰੀ ਤੇਰੇ ਭਾਰ ਦੁੱਖਾਂ ਦੇ ਢੋਵਾਂਗਾ ਇਹ ਮਿਲੇ ਮੌਕਾ ਤਾਂ ਮਾਂ ਮੇਰੀ ਤੇਰੇ ਭਾਰ ਦੁੱਖਾਂ ਦਾ ਏ ਟੋਮਾਗਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਤੇ ਇੱਕ ਵਾਰ ਫਿਰ ਤੋਂ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਮਾਂ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੱਸਦੇ ਰਹੋ ਵਸਦੇ ਰਹੋ ਮਿਲਾਂਗੇ ਫਿਰ ਤੋਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ